a South Asian Canadian channel. Y Media Group ਦੇ ਸਾਰੇ ਦਰਸ਼ਕਾਂ ਨੂੰ ਇੰਦਰਜੀਤ ਸਿੰਘ ਬਖਸ਼ਲੋਪਿਆ ਪਰਿ ਸਤਿ ਸ਼੍ਰੀ ਅਕਾਲ ਦੋਸਤੋ ਗਰਾਊਂਡ ਜ਼ੀਰੋ ਤੇ ਮੈਂ ਅਤੇ ਮੇਰੇ ਸਾਥੀ ਵਿਨੇ ਸ਼ਰਮਾ ਜੀ ਰੂਬਰੂ ਹੋ ਰਿਹਾ ਤੁਹਾਡੇ ਵਿਨੇ ਜੀ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਜੀ ਤੇ ਸਾਰੇ Y Media ਦਾ ਦਰਸ਼ਕਾਂ ਦਾ ਮੇਰੇ ਵੱਲੋਂ ਵੀ ਬਹੁਤ ਹੀ ਨਿੱਘਾ ਸਵਾਗਤ ਜੀ ਦੋਸਤੋ ਅੱਜ ਜਿਸ ਜਿਹਨਾਂ ਮੁੱਦਿਆਂ 'ਤੇ ਅੱਜ ਗੱਲ ਕਰਾਂਗੇ ਉਹ ਮੁੱਦਾ ਜਿਹੜਾ ਹੈਗਾ ਉਹ ਹੈ ਕਿਸਾਨੀ ਅੰਦੋਲਨ ਕਿਉਂਕਿ ਕਿਸਾਨ ਅੰਦੋਲਨ ਪਿਛਲੇ 9 ਮਹੀਨਿਆਂ ਤੋਂ ਲਗਾਤਾਰ ਆਪਾਂ ਵੇਖ ਰਹੇ ਹਾਂ ਕਿ ਉਹ ਪ੍ਰਦਰਸ਼ਨ ਕਰ ਰਹੇ ਨੇ ਦਿੱਲੀ ਦੀਆਂ ਬੂਹਾਂ 'ਤੇ ਬੈਠੇ ਨੇ ਪਰ ਹੁਣ ਇਹ ਅੰਦੋਲਨ ਦੀ ਜਿਹੜੀ ਰੂਪ ਰੇਖਾ ਜਿਹੜੀ ਹੈ ਹੁਣ ਕੁਛ ਬਦਲ ਚੁੱਕੀ ਹੈ ਪਹਿਲਾਂ ਇਹ ਸਾਰੇ ਕਿਸਾਨ ਜਥੇਬੰਦੀਆਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਬਹਿ ਕੇ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਸਨ ਪਰ ਜਿਵੇਂ ਹੀ 2022 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਉਸੇ ਤਰ੍ਹਾਂ ਬੰਗਾਲ ਦੀ ਤਰ੍ਹਾਂ ਦੋਨਾਂ ਸੂਬਿਆਂ ਦੇ ਵਿੱਚ ਵੀ ਇਹ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਤਾਂ ਜੋ ਕੇਂਦਰ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਉੱਤੇ ਇੱਕ ਪ੍ਰੈਸ਼ਰ ਬਿਲਟ ਕੀਤਾ ਜਾ ਸਕੇ ਇਹੀ ਕਾਰਨ ਹੈ ਕਿ ਮੁਜ਼ੱਫਰਨਗਰ ਦੇ ਵਿੱਚ ਹੋਈ ਜਿਹੜੀ ਕੱਲ੍ਹ ਮਹਾਂਪੰਚਾਇਤ ਉਹਦੇ ਵਿੱਚ ਜਿਸ ਤਰ੍ਹਾਂ ਮਤਲਬ ਕਿਸਾਨਾਂ ਦਾ ਇਕੱਠ ਵੇਖਣ ਵਾਲਾ ਸੀ ਅਤੇ ਉਸ ਤੋਂ ਬਾਅਦ ਹਰ ਇੱਕ ਵਿਰੋਧੀ ਪਾਰਟੀ ਨੇ ਜਿਹੜਾ ਕਿਸਾਨਾਂ ਦਾ ਸਾਥ ਦੇਣ ਨੂੰ ਲੈ ਕੇ ਆਪਣੀ ਅਲੱਗ ਤੋਂ ਆਵਾਜ਼ ਬੁਲੰਦ ਕੀਤੀ ਹੈ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਚਿੰਤਾਵਾਂ ਜਿਹੜੀਆਂ ਨੇ ਉਹ ਕਾਫੀ ਵਧੀਆ ਨੇ ਪਰ ਇੱਕ ਗੱਲ ਹੋਰ ਆ ਹੋਰ ਇਹ ਆ ਕਿ ਇਹਨਾਂ ਨੂੰ ਲੈ ਕੇ ਨੈਸ਼ਨਲ ਮੀਡੀਆ ਨੇ ਸਹੀ ਰਿਪੋਰਟਿੰਗ ਕੀਤੀ ਹੈ ਇੱਕ ਸਵਾਲ ਜਿਹੜਾ ਉਹ ਮੈਂ ਕੱਲ੍ਹ ਤੋਂ ਹੀ ਲਗਾਤਾਰ ਇਹਨੂੰ ਵਾਚ ਕਰ ਰਿਹਾ ਸੀ ਅਤੇ ਜੋ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਕਿਤੇ ਨਾ ਕਿਤੇ ਨੈਸ਼ਨਲ ਮੀਡੀਆ ਦੇ ਜ਼ਰੀਏ ਜੇ ਆਪਾਂ ਇਸ ਮਹਾਂਪੰਚਾਇਤ ਦੀ ਗੱਲ ਕਰੀਏ ਜਿੱਥੇ ਉਹਨਾਂ ਨੂੰ ਉੱਥੇ ਕਾਫੀ ਵਿਰੋਧਤਾ ਦਾ ਸਾਹਮਣਾ ਵੀ ਕਰਨਾ ਪਿਆ ਬਹੁਤ ਸਾਰੇ ਰਿਪੋਰਟਰਸ ਜਿਹੜੇ ਆ ਚਾਹੇ ਉਹ ਵੱਡੇ ਚੈਨਲ ਵਾਲੇ ਰਿਪੋਰਟਰਸ ਨੇ ਮੈਂ ਨਾਮ ਨਹੀਂ ਲੈਣਾ ਚਾਹਾਂਗਾ ਉਹਨਾਂ ਨੂੰ ਕਿਸਾਨਾਂ ਨੇ ਉੱਥੋਂ ਦੀ ਵਾਪਸ ਵੀ ਭੇਜਿਆ ਪਰ ਕਿਉਂਕਿ ਲਗਾਤਾਰ ਵੇਖਣ 'ਚ ਆ ਰਿਹਾ ਕਿ ਜੋ 9 ਮਹੀਨਿਆਂ ਤੋਂ ਜਿਸ ਤਰ੍ਹਾਂ ਦੀ ਰਿਪੋਰਟਿੰਗ ਕਿਸਾਨੀ ਅੰਦੋਲਨ ਨੂੰ ਲੈ ਕੇ ਹੋ ਰਹੀ ਹੈ ਉਸ ਨੂੰ ਲੈ ਕੇ ਜਿਹੜਾ ਹੈਗਾ ਕਿਸਾਨ ਕਾਫੀ ਜਿਹੜੇ ਹਤਾਸ਼ ਨਜ਼ਰ ਆ ਰਹੇ ਨੇ ਇਹਦੇ ਨਾਲ ਹੀ ਕਰਨਾਲ ਦੇ ਵਿੱਚ ਵੀ ਕੱਲ੍ਹ ਜਿਹੜੀ ਹੈ ਮਹਾਂਪੰਚਾਇਤ ਹੋਣੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਰੂਪ ਰੇਖਾ ਰਹੇਗੀ ਇਸ 'ਤੇ ਵੀ ਚਰਚਾ ਕਰਾਂਗੇ ਉੱਥੇ ਹੀ ਇੱਕ ਸੁਪਰੀਮ ਕੋਰਟ ਦਾ ਫੈਸਲਾ ਆਇਆ ਸਿੰਘੂ ਬਾਰਡਰ ਨੂੰ ਲੈ ਕੇ ਉਸ 'ਤੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁਜ਼ੱਫਰਨਗਰ ਦੇ ਵਿੱਚ ਹੋਈ ਮਹਾਂਪੰਚਾਇਤ ਦੀ ਕਿਉਂਕਿ ਕਾਫੀ ਇਤਿਹਾਸਿਕ ਦਿਨ ਰਿਹਾ ਕੱਲ੍ਹ ਦਾ ਸਾਰੀਆਂ ਹੀ ਜਥੇਬੰਦੀਆਂ ਉੱਥੇ ਪਹੁੰਚੀਆਂ ਨੇ ਜੋ ਦਾਅਵਾ ਕੀਤਾ ਜਾ ਰਿਹਾ ਕਿਸਾਨਾਂ ਦੇ ਵੱਲੋਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜਾਂ ਕਿਸਾਨ ਜਿਹੜੇ ਨੇ ਉੱਥੇ ਪਹੁੰਚੇ ਨੇ ਪੰਜਾਬ ਹਰਿਆਣਾ ਯੂਪੀ ਤੋਂ ਇਲਾਵਾ 15 ਸੂਬਿਆਂ ਤੋਂ ਕਿਸਾਨ ਜਿਹੜੇ ਸਨ ਉੱਥੇ ਪਹੁੰਚੇ ਸਨ 17 ਦੱਸਿਆ ਜਾ ਰਿਹਾ ਕਿ 17 ਏਕੜ ਦੇ ਵਿੱਚ ਇਹ ਜਗ੍ਹਾ ਸੀ ਜਿਸ ਜਗ੍ਹਾ 'ਤੇ ਇਹ ਪ੍ਰੋਗਰਾਮ ਸੀ ਪਰ ਉਸ ਤੋਂ ਇਲਾਵਾ ਵੀ ਲੋਕ ਜਿੰਨੇ ਪੰਡਾਲ 'ਚ ਸੀ ਉਸ ਤੋਂ ਜ਼ਿਆਦਾ ਕਿਤੇ ਜਿਹੜੇ ਸੀ ਇਹ ਪੰਡਾਲ ਤੋਂ ਬਾਹਰ ਸਨ ਇੱਕ ਮੈਂ ਤਾਂ ਕਹਿਵਾਂਗਾ ਕਿ ਯੂਪੀ ਸਰਕਾਰ ਜਿਹੜੀ ਇਸ ਸਮੇਂ ਭਾਜਪਾ ਦੀ ਉੱਥੇ ਸਰਕਾਰ ਆ ਉਸਦੇ ਲਈ ਵੀ ਕਿਤੇ ਨਾ ਕਿਤੇ ਚਿੰਤਾਵਾਂ ਜਿਹੜੀਆਂ ਨੇ ਉਹ ਜ਼ਰੂਰ ਸਾਹਮਣੇ ਆ ਚੁੱਕੀਆਂ ਨੇ ਉਹਨਾਂ ਨੂੰ ਹੁਣ ਲੱਗ ਰਿਹਾ ਹੋਊਗਾ ਕਿਉਂਕਿ ਹਮੇਸ਼ਾ ਵੇਖਣ 'ਚ ਆਉਂਦਾ ਸੀ ਕਿ ਯੋਗੀ ਆਦਿੱਤਿਆ ਨਾਥ ਕਿਸਾਨੀ ਅੰਦੋਲਨ ਨੂੰ ਦਬਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰਦੇ ਆ ਰਹੇ ਸਨ ਮਾਮਲੇ ਵੀ ਦਰਜ ਕੀਤੇ ਜਾ ਰਹੇ ਸਨ ਦਿੱਲੀ ਜਾਣ ਵਾਲਿਆਂ 'ਤੇ ਨਿਗਾਹ ਵੀ ਰੱਖੀ ਜਾ ਰਹੀ ਸੀ ਪਰ ਹੁਣ ਜਦੋਂ ਯੂਪੀ ਦੇ ਵਿੱਚ ਇੰਨਾ ਵੱਡਾ ਪ੍ਰੋਗਰਾਮ ਹੋ ਜਾਂਦਾ ਤਾਂ ਮਤਲਬ ਚਿੰਤਾਵਾਂ ਜਿਹੜੀਆਂ ਨੇ ਉਹ ਭਾਜਪਾ ਦੇ ਲਈ ਚਾਹੇ ਉਹ ਸੂਬਾ ਸਰਕਾਰ ਹੈ ਚਾਹੇ ਫਿਰ ਉਹ ਕੇਂਦਰ ਦੇ ਵਿੱਚ ਜਿਹੜੇ ਬੈਠੇ ਨੇ ਉਹਨਾਂ ਦੇ ਲਈ ਚਿੰਤਾਵਾਂ ਜਿਹੜੀਆਂ ਨੇ ਉਹ ਜ਼ਰੂਰ ਬਣ ਗਈਆਂ ਨੇ ਹੁਣ ਕਿਉਂਕਿ ਕੱਲ੍ਹ ਵੀ ਆਪਾਂ ਦੇਖਿਆ ਕਿ ਬਹੁਤ ਸਾਰੇ ਭਾਜਪਾ ਦੇ ਲੀਡਰ ਜਿਹੜੇ ਨੇ ਉਹਨਾਂ ਨੇ ਵੀ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਕੇਂਦਰੀ ਲੀਡਰਸ਼ਿਪ ਤੋਂ ਜਿਹੜੀ ਆ ਉਹ ਬੇਨਤੀ ਕੀਤੀ ਹੈ ਵੇਖਣਾ ਹੋਵੇਗਾ ਕਿ ਇਸ ਮਹਾਂਪੰਚਾਇਤ ਤੋਂ ਬਾਅਦ ਕੇਂਦਰ ਦੇ ਰੁਖ 'ਚ ਕਿਸ ਤਰ੍ਹਾਂ ਦਾ ਬਦਲਾਅ ਆਉਂਦਾ ਇਹ ਤਾਂ ਸਮਾਂ ਹੀ ਦੱਸੂਗਾ ਪਰ ਕੱਲ੍ਹ ਦੀ ਕਰਨਾਲ 'ਚ ਜਿਹੜੀ ਮਹਾਂਪੰਚਾਇਤ ਹੋਣੀ ਹੈ ਉਸ 'ਤੇ ਵੀ ਨਿਗਾਹਾਂ ਜਿਹੜੀਆਂ ਟਿਕੀਆਂ ਹੋਈਆਂ ਨੇ ਜਿਵੇਂ ਜੀ ਮੁਜ਼ੱਫਰਨਗਰ ਜਿਹੜੀ ਹੁੰਦੀ ਹੈ ਮਹਾਂਪੰਚਾਇਤ ਉਸਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਮਤਲਬ ਇਕੱਠ ਦੇਖ ਕੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਮੱਥੇ 'ਤੇ ਚਿੰਤਾਵਾਂ ਜਿਹੜੀਆਂ ਨੇ ਉਹ ਜ਼ਰੂਰ ਬਣ ਗਈਆਂ ਹੋਣਗੀਆਂ ਭਾਵੇਂ ਕਿ ਕੋਸ਼ਿਸ਼ ਬੜੀ ਹੋਈ ਹੈ ਇਸ ਮਹਾਂਪੰਚਾਇਤ ਨੂੰ ਲੋਕਾਂ ਤੱਕ ਨਾਹਾਂ ਪਹੁੰਚਿਆ ਜਾਵੇ ਆਰੋਪ ਨੇ ਕਿ ਨੈੱਟ ਡਾਊਨ ਕਰ ਦਿੱਤਾ ਗਿਆ ਉੱਥੇ ਸਹੀ ਜਿਹੜੀ ਇੰਟਰਨੈੱਟ ਸੁਵਿਧਾ ਜਿਹੜੀ ਆ ਨਹੀਂ ਮਿਲ ਪਾਈ ਤਾਂ ਕਿ ਲੋਕ ਜਿਹੜੇ ਆ ਇਸ ਨੂੰ ਨਾ ਵੇਖ ਸਕਣ ਬਹੁਤ ਸਾਰਾ ਜਿਹੜਾ ਕੁਛ ਉੱਥੇ ਹੋਇਆ ਤੁਸੀਂ ਕੀ ਕਹੋਗੇ ਕਿ ਤੁਸੀਂ ਇਸ ਪੂਰੀ ਰੈਲੀ ਨੂੰ ਜਾਂ ਮਹਾਂਪੰਚਾਇਤ ਨੂੰ ਕਿਵੇਂ ਵੇਖ ਰਹੇ ਹੋ ਪਹਿਲਾਂ ਤਾਂ ਦੇਖੋ ਸਭ ਤੋਂ ਪਹਿਲੇ ਤਾਂ ਕਿਸਾਨਾਂ ਨੂੰ ਜਿਹੜੀ ਹੈ ਉਹਨਾਂ ਦੀ ਇਹ ਸੋਚ ਦੀ ਦਾਤ ਦੇਣੀ ਪੈਣੀ ਹੈ ਸਾਨੂੰ ਕਿ ਉਹਨਾਂ ਨੇ ਚੋਇਸ ਆਫ ਵੈਨਿਊ ਜਿਹੜਾ ਸੀਗਾ ਉਹ ਮੁਜ਼ੱਫਰਨਗਰ ਰੱਖਿਆ ਵਜ੍ਹਾ ਇਹ ਹੈ ਕਿ ਮੁਜ਼ੱਫਰਨਗਰ ਇੱਕ ਹਾਈਲੀ ਪੋਲਰਾਈਜ਼ਡ
ਜਿਹੜੀ ਹੈ ਕੌਨਸਟੀਚੁਐਂਸੀ ਹੈਗੀ ਹੈ, ਕੱਲ੍ਹ ਤੋਂ ਬਾਅਦ ਜਿਹੜਾ ਹੈ ਇਹਦਾ ਇਹਨੂੰ ਆਪਾਂ ਹੁਣ ਉਹ ਧਰੁਵੀਕਰਨ, ਕਾਸਟ ਧਰੁਵੀਕਰਨ ਜਾਂ ਪੋਲਰਾਈਜ਼ ਕੌਨਸਟੀਚੁਐਂਸੀ ਦਾ ਜਿਹੜਾ ਇਹਦੇ 'ਤੇ ਇੱਕ ਟੈਗ ਲੱਗਿਆ ਹੋਇਆ ਸੀ ਉਹ ਖਤਮ ਹੋ ਗਿਆ। ਉਹ ਤਾਂ ਕਰਕੇ 2013 ਦੇ ਅੰਦਰ ਇਹ ਉਹੀ ਮੁਜ਼ੱਫਰਨਗਰ ਕੌਨਸਟੀਚੁਐਂਸੀ ਹੈਗੀ ਹੈ ਜਿੱਥੇ ਕਿ ਹਿੰਦੂ ਅਤੇ ਮੁਸਲਮਾਨਾਂ ਦੇ ਵਿੱਚ ਬੜੇ ਜ਼ਬਰਦਸਤ ਦੰਗੇ ਹੋਏ ਸੀ। ਅੱਲਾਹੂ ਅਕਬਰ ਦੇ ਨਾਰਿਆਂ ਦੇ ਨਾਲ ਮੁਸਲਮਾਨਾਂ ਨੇ ਜਦ ਉਹਨਾਂ ਦੀ ਵਾਰ ਕਰਾਈ ਹੁੰਦੀ ਹੈ ਉਹ ਕਰਦੇ ਹੋਏ ਹਿੰਦੂਆਂ 'ਤੇ ਹਮਲੇ ਕੀਤੇ ਸੀ, ਅਤੇ ਹਿੰਦੂਆਂ ਨੇ ਵੀ ਜਿਹੜੀ ਹੈ ਆਪਣੀ ਵਾਰ ਕਰਾਈ ਦੇ ਨਾਲ ਜੈ ਸ਼੍ਰੀ ਰਾਮ ਕਹਿ ਕੇ ਉਹਨਾਂ ਦੇ ਉੱਤੇ ਜਿਹੜੀ ਹੈ ਹਮਲੇ ਕੀਤੇ ਸੀ। ਬਹੁਤ ਜ਼ਬਰਦਸਤ ਦੰਗੇ 2013 ਦੇ ਅੰਦਰ ਇੱਥੇ ਹੋਏ ਸੀ। ਰਾਸ਼ਟਰੀ ਲੋਕਦਲ ਦੀ ਸਰਕਾਰ 2013 ਤੱਕ ਜਿਹੜੀ ਇੱਥੇ ਰਹੀ ਹੈ, ਜਦ ਬੀਜੇਪੀ ਨੇ ਇੱਥੇ ਆਪਣੇ ਇਨਰੋਡਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪੋਲਰਾਈਜੇਸ਼ਨ ਹੋਰ ਜ਼ਿਆਦਾ ਵੱਧ ਗਈ ਸੀ। ਅਤੇ ਭਾਰਤੀ ਜਨਤਾ ਪਾਰਟੀ ਕੱਲ੍ਹ ਦੀ ਰੈਲੀ 'ਚ ਵੀ ਜਿਹੜੇ ਆ ਟਿਕੈਤ ਸਾਹਿਬ ਨੇ ਆਪ ਜਿਹੜੇ ਆ ਅੱਲਾਹੂ ਅਕਬਰ ਅਤੇ ਹਰ ਹਰ ਮਹਾਦੇਵ ਦੇ ਨਾਰੇ ਲਾਏ ਆ। ਉਹ ਇੱਕ ਜਿਹੜਾ ਸੀਗਾ ਉਹ ਇੱਕ ਅਸੀਂ ਕਹਿ ਸਕਦੇ ਹਾਂ ਉਹ ਇੱਕ ਰਿਐਕਸ਼ਨ ਸੀਗਾ 2013 ਦੇ ਉਹਨਾਂ ਦੰਗਾ ਜਿਹੜੇ ਦੰਗੇ ਹੋਏ ਸੀ ਉਹਦੇ ਖਿਲਾਫ, ਉਹ ਇੱਕ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕੱਲ੍ਹ ਜਿਹੜਾ ਸੀ ਇਹਨਾਂ ਨੇ ਇੱਕ ਡਿਫਰੈਂਟ ਤਰੀਕੇ ਦੇ ਨਾਲ ਬੜੇ ਪੀਸਫੁਲ ਤਰੀਕੇ ਦੇ ਨਾਲ ਉਸ ਰਾਜ ਉਹਨਾਂ ਦੰਗਿਆਂ ਉਸ ਰਾਜਨੀਤੀ ਉਸ ਪੋਲਰਾਈਜੇਸ਼ਨ ਨੂੰ ਜਵਾਬ ਦਿੱਤਾ। ਕੱਲ੍ਹ ਫਰਕ ਸਿਰਫ ਇਹ ਸੀਗਾ ਹਿੰਦੂਆਂ ਨੇ ਵੀ ਹਰ ਹਰ ਮਹਾਦੇਵ ਦੇ ਨਾਰੇ ਲਾਏ, ਉਹਦੇ 'ਚ ਮੁਸਲਮਾਨਾਂ ਨੇ ਵੀ ਸ਼ਿਰਕਤ ਕੀਤੀ। ਅਤੇ ਮੁਸਲਮਾਨਾਂ ਦਾ ਜਦ ਨਾਰਾ ਸੀਗਾ ਅੱਲਾਹੂ ਅਕਬਰ ਉਹਦੇ 'ਚ ਜਿਹੜੀ ਹੈ ਹਿੰਦੂਆਂ ਨੇ ਵੀ ਸ਼ਿਰਕਤ ਕੀਤੀ। ਇਹ ਉਹੀ ਕੌਨਸਟੀਚੁਐਂਸੀ ਹੈ ਵੈਸਟਰਨ ਯੂਪੀ ਦੇ ਅੰਦਰ ਜਿਹੜੀ ਪੈਂਦੀ ਹੈ ਮੁਜ਼ੱਫਰਨਗਰ, ਵੈਰੀ ਹਾਈਲੀ ਪੋਲਰਾਈਜ਼ਡ, ਵੈਰੀ ਹਾਈ ਸੈਂਸਿਟਿਵ। ਅਤੇ ਕੱਲ੍ਹ ਜਿਹੜੇ ਕਿਸਾਨ ਬੰਦੀਆਂ ਜਿਹੜੇ ਗਏ ਸੀ ਉਹ ਮਸਜਿਦਾਂ ਦੇ ਅੰਦਰ ਜਾ ਕੇ ਉਹਨਾਂ ਨੇ ਉੱਥੇ ਖਾਣਾ ਵੀ ਖਾਇਆ, ਉੱਥੇ ਰਾਤ ਨੂੰ ਜਿਹੜੀ ਆਪਣੀ ਰਾਤ ਉੱਥੇ ਹੀ ਬਿਤਾਈ। ਅਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਹੈ ਕਿਸਾਨੀ ਅੰਦੋਲਨ ਨੇ ਬੜੇ ਪੀਸਫੁਲ ਤਰੀਕੇ ਦੇ ਨਾਲ ਜਿਹੜੀ ਹੈ ਇਸ ਮਸਲੇ ਨੇ ਜਿਹੜਾ ਇਹ ਪੋਲਰਾਈਜੇਸ਼ਨ ਉਹਦੇ ਉੱਤੇ ਇੱਕ ਠੰਡਾ ਪਾਣੀ ਪਾਉਂਦੇ ਹਨ। ਦੂਜੀ ਗੱਲ ਇਹ ਹੈ ਕਿ ਜਿਹੜੀ ਸਮਾਜਵਾਦੀ ਪਾਰਟੀ, ਬਾਕੀ ਜਿਹੜੀ ਪਾਰਟੀਜ਼ ਹੈਗੀ ਹੈ, ਸਮਾਜਵਾਦੀ ਪਾਰਟੀ ਲੈ ਲਓ, ਰਾਸ਼ਟਰੀ ਲੋਕਦਲ ਪਾਰਟੀ ਲੈ ਲਓ, ਇੱਥੇ ਤੱਕ ਖਬਰਾਂ ਨੇ ਕਿ ਰਾਸ਼ਟਰੀ ਲੋਕਦਲ ਦੇ ਜਿਹੜੇ ਇੱਕ ਨੇਤਾ ਸੀਗੇ ਉਹਨਾਂ ਨੇ ਯੂਪੀ ਗਵਰਨਮੈਂਟ ਤੋਂ ਪਰਮਿਸ਼ਨ ਮੰਗੀ ਕਿ ਜਿਹੜੇ ਕਿਸਾਨ ਜਥੇਬੰਦੀਆਂ ਆ ਰਹੀਆਂ ਨੇ ਮੈਂ ਹੈਲੀਕਾਪਟਰ 'ਤੇ ਉਹਨਾਂ ਦੇ ਉੱਤੇ ਜਿਹੜੀ ਹੈ ਫੁੱਲਾਂ ਦੀ ਬਰਸਾਤ ਕਰਨਾ ਚਾਹੁੰਦਾ, ਪਰ ਯੂਪੀ ਗਵਰਨਮੈਂਟ ਹੈ, ਬੀਜੇਪੀ ਦੀ ਸਰਕਾਰ ਹੈ, ਉਹਨਾਂ ਨੂੰ ਇਸ ਜਿਹੜੀ ਹੈ ਇਹਦੀ ਮਨਜ਼ੂਰੀ ਨਹੀਂ ਮਿਲੀ। ਨਾਲ ਜਿਹੜੀ ਹੈ ਸਮਾਜਵਾਦੀ ਪਾਰਟੀ ਨੇ ਮੁਜ਼ੱਫਰਨਗਰ ਦੇ ਅੰਦਰ ਆਪਣੇ ਬਹੁਤ ਵੱਡਾ ਟੈਂਟ ਲਾਇਆ ਹੋਇਆ ਸੀ ਜਿਹੜੇ ਥਾਂ ਥਾਂ 'ਤੇ ਉਹਨਾਂ ਨੇ, ਅਤੇ ਫੂਡ ਬੈਂਕ ਜਿਹੜਾ ਪੰਡਾਲ ਜਿਹੜਾ ਲਾਇਆ ਹੋਇਆ ਸੀ ਉੱਥੇ ਕਿਸਾਨਾਂ ਦੇ ਵਾਸਤੇ, ਕਿਉਂਕਿ ਉਹਨਾਂ ਨੂੰ ਕਿਸੇ ਵੀ ਪੋਲੀਟੀਕਲ ਪਾਰਟੀ ਜਾਂ ਪਰਸਨੈਲਿਟੀ ਨੂੰ ਕਿਸਾਨ ਅਲਾਓ ਨਹੀਂ ਕਰਦੇ, ਪਰ ਉਹ ਆਪਣੇ ਹਿੱਸੇਦਾਰੀ ਕਿ ਅਸੀਂ ਕਿਸਾਨਾਂ ਦੇ ਨਾਲ ਹੈਗੇ ਆ ਉਹ ਇਸ ਤਰ੍ਹਾਂ ਜਿਹੜੀ ਹੈ ਸਪੋਰਟ ਕਰਦੇ ਪਏ ਆ। ਇਹ ਜਿਹੜੀ ਮਹਾਂਪੰਚਾਇਤ ਹੋਈ ਹੈ ਇਹਨੇ ਪੋਲੀਟਿਕਸ ਦਾ ਰੁੱਖ ਜਿਹੜਾ ਡੈਫੀਨੇਟਲੀ ਪਹਿਲਾਂ ਤੋਂ ਜਿਹੜਾ ਕਿਸਾਨ ਅੰਦੋਲਨ ਇੱਕ ਬਹੁਤ ਵੱਡਾ ਅੰਦੋਲਨ ਬਣ ਕੇ ਉਭਰਿਆ ਹੈ, ਬਟ ਕੱਲ੍ਹ ਤੋਂ ਜਿਹੜੀ ਮਹਾਂਪੰਚਾਇਤ ਹੋਈ ਹੈ ਇੱਕ ਇੰਡੀਕੇਟਰ ਬਣ ਗਿਆ ਕਿ ਇਹ ਜਿਹੜੇ ਇਹ ਵੈਸਟ ਬੰਗਾਲ ਵਾਲੇ ਹਾਲਾਤ ਤੋਂ ਵੀ ਉਸ ਤੋਂ ਵੀ ਜ਼ਿਆਦਾ ਜਿਹੜੀ ਹੈ ਮੋਮੈਂਟਮ ਇਸ ਕਿਸਾਨ ਅੰਦੋਲਨ ਦਾ ਮੋਮੈਂਟਮ ਜਿਹੜਾ ਉਹ ਬਣ ਗਿਆ ਇਸ ਟਾਈਮ। ਅਤੇ ਅੱਗੇ ਵੀ ਜਿਹੜੇ ਇਹਨਾਂ ਨੇ 5-6 ਵੱਡੀ ਮਹਾਂਪੰਚਾਇਤ ਕਰਨੀ ਹੈ, ਇਸ ਟਾਈਮ ਸਿਰਫ ਇਹਨਾਂ ਨੇ ਵੈਸਟਰਨ ਯੂਪੀ 'ਚ ਕੀਤੀ ਹੈ, ਬਾਕੀ ਜਦ ਰੈਸਟ ਆਫ ਦਾ ਯੂਪੀ ਇਹ ਕਵਰ ਕਰਨਗੇ। ਪੰਜਾਬ ਦੇ ਅੰਦਰ ਵੀ ਮਹਾਂਪੰਚਾਇਤ ਹੋਏਗੀ ਕੱਲ੍ਹ, ਜਿਵੇਂ ਤੁਸੀਂ ਹੁਣੇ ਮੈਨਸ਼ਨ ਕੀਤਾ ਕਰਨਾਲ 'ਚ ਵੀ ਮਹਾਂਪੰਚਾਇਤ ਹੈਗੀ ਹੈ। ਇਹ ਇੱਕ ਵੱਡਾ ਜਿਹੜਾ ਹੈ ਮੈਸੇਜ ਹੈ ਸੈਂਟਰਲ ਗਵਰਨਮੈਂਟ ਵਾਸਤੇ ਕਿ ਕਿਤੇ ਨਾ ਕਿਤੇ ਜਿਹੜੀ ਹੈ ਸਾਡੀ ਲੀਡਰਸ਼ਿਪ ਦੇ ਨਾਲ ਇੱਕ ਕਿਸਾਨ ਜਥੇਬੰਦੀਆਂ ਹੀ ਨਹੀਂ ਇਸ ਮਹਾਂਪੰਚਾਇਤ ਤੋਂ ਪਹਿਲੇ, ਕਿਉਂਕਿ ਅੰਦੋਲਨ ਦੇ ਉੱਤੇ ਵਾਰ ਵਾਰ ਇਹ ਲੀਡਰਸ ਉੱਤੇ ਵਾਰ ਵਾਰ ਇਹ ਗੱਲ ਕੀਤੀ ਜਾਂਦੀ ਸੀ ਕਿ ਅੰਦੋਲਨ ਸਿਰਫ ਪੰਜਾਬ ਤੋਂ ਲਿੰਕਡ ਹੈਗਾ, ਅੰਦੋਲਨ ਦੇ ਅੰਦਰ ਜਿਹੜੀ ਸ਼ਿਰਕਤ ਹੈਗੀ ਹੈ ਉਹ ਸਿਰਫ ਪੰਜਾਬ ਅਤੇ ਪੰਜਾਬੀਆਂ ਦੀ ਹੈਗੀ ਹੈ। ਕੱਲ੍ਹ ਤੋਂ ਬਾਅਦ ਜਿਹੜੀ ਹੈ ਇਹ ਗੱਲ ਵੀ ਹੁਣ ਪੂਰੀ ਠੰਡੀ ਪੈ ਗਈ ਹੈ, ਕਿਉਂਕਿ ਅੰਦੋਲਨ ਦੇ ਅੰਦਰ ਸ਼ਿਰਕਤ ਯੂਪੀ ਨੇ ਕੀਤੀ ਹੈ, ਰਾਜਸਥਾਨ ਨੇ ਕੀਤੀ ਹੈ, ਹਰਿਆਣਾ ਨੇ ਕੀਤੀ ਹੈ, ਵੈਸਟਰਨ ਯੂਪੀ ਦੇ ਜਿੰਨੇ ਵੀ ਖਾਸ ਕਰਕੇ ਜਾਟ ਜਿਹੜੀ ਖਾਬ ਪੰਚਾਇਤ ਸੀਗੀ ਉਹਨਾਂ ਦੀ ਬਹੁਤ ਵੱਡੀ ਜਿਹੜੀ ਸ਼ਮੂਲੀਅਤ ਸੀਗੀ। ਨਾਲ ਇੰਦਰਜੀਤ ਜੀ ਇੱਕ ਗੱਲ ਹੋਰ ਮੈਂ ਦੱਸ ਦੇਵਾਂ, ਮਹਿੰਦਰ ਸਿੰਘ ਟਿਕੈਤ ਜਿਹੜੇ ਬਹੁਤ ਵੱਡੇ ਲੀਡਰ ਹੁੰਦੇ ਸੀ ਟਿਕੈਤ ਸਾਹਿਬ ਦੇ ਫਾਦਰ, ਬਿਲਕੁਲ ਉਹਨਾਂ ਉਹ ਜਿਹੜੀ ਉਸ ਟਾਈਮ ਜਿਹੜੀ ਹੈ ਜਿੰਨੀ ਵੀ ਖਾਪ ਜਾਟ ਲੀਡਰ ਜਿੰਨੀ ਖਾਪ ਹੁੰਦੀਆਂ ਸੀ ਇਹਨਾਂ ਖਾਪ ਦਾ ਜਿਹੜਾ ਸਮਰਥਨ ਹੁੰਦਾ ਸੀ ਇਹ ਭਾਰਤੀ ਜਨਤਾ ਪਾਰਟੀ ਨੇ ਜਦ ਉੱਥੇ ਆਪਣੀ ਪ੍ਰੈਜੈਂਸ ਬਣਾਉਣਾ ਸ਼ੁਰੂ ਕੀਤੀ 2013 ਤੋਂ ਬਾਅਦ ਸਾਰੀ ਜਾਟ ਖਾਪ ਦਾ ਜਿਹੜਾ ਸੀਗਾ ਸਰਵਾ ਝੁਕਾਵ ਉਹਨਾਂ ਦੇ ਬੀਜੇਪੀ ਵਾਸਤੇ ਸੀਗਾ। ਇਸ ਵਾਰੀ ਜਿਹੜੀ ਹੈ ਉਹ ਪੂਰਾ ਦਾ ਪੂਰਾ ਜਿਹੜਾ ਝੁਕਾਵ ਅਸੀਂ ਪਹਿਲੇ ਦੇਖ ਚੁੱਕੇ ਹਾਂ, ਇਹ ਜਾਟ ਖਾਪਸ ਦਾ ਵੈਸਟਰਨ ਯੂਪੀ ਦੇ ਅੰਦਰ ਇੱਕ ਬਹੁਤ ਵੱਡਾ ਤਬਕਾ, ਬਹੁਤ ਜ਼ਿਆਦਾ ਇਨਫਲੂਐਂਸ ਹੁੰਦਾ ਪੋਲੀਟਿਕਸ ਦੇ ਅੰਦਰ, ਅਤੇ ਹੁਣ ਜਿਹੜੀ ਹੈ ਉੱਥੇ ਦੀ ਰਾਜਨੀਤੀ ਪੂਰੀ ਦੀ ਪੂਰੀ ਬਦਲ ਗਈ ਹੈ। ਮਹਿੰਦਰ ਸਿੰਘ ਟਿਕੈਤ ਵੱਡੇ ਵੱਡੇ ਲੀਡਰ ਆਪਾਂ ਵੇਖਦੇ ਹਾਂ, ਹੋਰ ਵੀ ਜਿੰਨੇ ਜਾਟ ਖਾਪਸ ਹੈਗੀ ਹੈ ਉਹ ਪੂਰੀ ਦੀ ਪੂਰੀ 100% ਹੁਣ ਕਿਸਾਨਾਂ ਦੇ ਨਾਲ ਮਿਲ ਗਈ ਨੇ ਜੀ।
बिल्कुल विनय जी, पर एक गल मैं तुहानू पहला भी पूछा सी कि जिस तरीके दे नाल केंद्र ने भी पूरी वाह लगा दिती सी इस महापंचायत नू सफल ना होण नू लैके, उन्हां नू पता लग गया सी क्योंकि बहुत सारी एजेंसियां तुहानू पता है कि केंद्र दे अधीन हुंदियां ने, पता लग जांदा है कि रुख जिहड़ा हैगा वह किस तरफ है। यही कारण है कि नैट जिहड़ा उत्थे डाउन कर दिता गया, न्यूज़ नू बाहर नहीं निकलन दिता गया, भावें कि सोशल मीडिया से वीडियोज़ जिहड़ियां ने वह लगातार आंदियां रहियां ने, पर किसानां दा आरोप यह भी आ कि नैट डाउन होण करके जिस तरीके दे नाल खबरां नशर होनियां चाहीदियां सी ओह नहीं हो पाईआं। उन्हां ने नैशनल मीडिया नू, जिन्हां नू गोदी मीडिया कह के भी पुकारदे ने, उन्हां उत्ते भी जिहड़े हैगे आ उह सवाल खड़े कीते आ कि इन्ना वड्डा प्रोग्राम हो जांदा ते जदों खबर हुंदी है उस नैशनल टीवी ते खबर जिहड़ी है वह बहुत घट वेखण नूं दिखाई जांदी है। कितने कितने आरोप लगाए ने कि सब कुछ केंद्र अते उद्योगपतियां दे इशारे ते जिहड़ा वह सब कुछ हुंदा है। यही कारण है कि इन्ने वड्डे प्रोग्राम नूं जिहड़ी है वह जगह जिहड़ी है वह नहीं मिल पाई है मीडिया दीआं सुर्खियां दे विच। देखो ये कोई पहली वारी नहीं होया, नैशनल मीडिया इस टाइम जिहड़ा है काफ़ी हद तक एक्सपोज हो चुका है। किसान अंदोलन का जिहड़ा सक्सैस का जे असी क्रैडिट दे सकते हैं, ये असी किसी भी एक इंडिविजुअल या बड़े बड़े जिहड़े मीडिया हाउसिज है उन्होंने असी बिल्कुल नहीं देखते। ये मीडिया ये जिहड़ा सक्सैस होया ये उन लोगों उन्होंने पत्रकारां करके होया है। सडनली पूरे देश के अंदर जिहड़ी है एक डिजिटल वेव चली है, हर कोई बंदा मोबाइल के नाल जिहड़े है उहदे वीडियो बना के एकदम जिहड़ी है मोबाइल पेनीट्रेशन बड़ी हाई हो गई है पूरी कंट्री के अंदर। कितने ना कितने जिहड़ी है ये उन्हों का कॉन्ट्रीब्यूशन हैगा, वो छोटे छोटे जिहड़े चार चार मुलाजमों वाली छोटी छोटी कंपनियाज है एक एक मोबाइल वाले जिहड़े रिपोर्टर्स लैके जिहड़ी खबर पिंडां दे अंदर जाके जिहड़े है रिपोर्टर्स है छोटे छोटे उन्हों का एक शिरकत है। क्योंकि जब भी एक चंगी खबर चंगा वीडियो वायरल हो जाता है उन्होंने कोई भी जिहड़ी एजेंसी नहीं रोक सकती, उन्होंने कोई भी सरकार जिहड़ी है जिहड़ी संज्ञान लेंदे ने उन्हें रोक नहीं सकते। ये जिहड़ी मीडिया वेखी उन्हों का ही बनाया होया है, जिहड़े कि किसान आप जिहड़े है इस मीडिया इस अंदोलन के अंदर कई कई तो आप ही रिपोर्टिंग करने लग गए, हर कई वड्डे लीडर शिकायत वर्ग के जिहड़े हैगे है इमीजिएटली उन्हों का अपनी एक मीडिया विंग हुंदा है वह अपना वीडियो बना के एकदम जिहड़ा उन्हों अपने पेज पर अपलोड कर देंगे ने। तो उहदे नाल की है कि जिहड़ी एक वन साइडेड सीगा जिहड़े वड्डे अपने एनालिस्ट सीगे या वड्डे क्रिटिक सीगे या एडिटर का जिहड़ा झुकाव हुंदा सी पर्टिकुलर जन पार्टीज वास्ते, चाहे वह कांग्रेस होए या बीजेपी, यह नहीं कि पहली बार हो रहा कि बीजेपी के टाइम ही इन्ना ज़्यादा मीडिया का झुकाव रहा है। कांग्रेस के टाइम भी जिहड़े एडिटर्स हुंदे सी वड्डी वड्डी अखबारों के, हर एडिटर का तुसीं इतिहास चक के वेख लो, हर एडिटर नूं जब उहदा 3 साल का कार्यकाल पूरा हो जाता है उन्हें राज्यसभा की सीट मिलती है। वो सीट क्यों मिलती है? क्योंकि हर पोलीटल पार्टी के जोड़े है वो फेवरेट होंगे है, जो उन्होंने कांग्रेस को फेवर की है तो कांग्रेस उन्होंने वास्ते राज्यसभा क्रिएट सीट क्रिएट करती है, जो उन्होंने बीजेपी वास्ते थोड़ा बहुत किया है झुकाव रखे है अपने एडिटोरियल्स से अपनी खबरों के राहों वो जोड़ा उन्होंने बीजेपी एक वास्ते जी है राज्यसभा सीट क्रिएट करती है। तो यह हैगा पूरा का पूरा ट्रेंड ये जी पूरी छोटे छोटे पत्रकार छोटे छोटे जिला छोटे छोटे पिंड जो वन मैन आर्मी आप कह सकते हैं किसान ने अपनी एक वो बना ली सी कि जी क्योंकि उन्होंने खबर इनिशियली जोड़े बड़े लैवल के जोड़े मीडिया हाउसिस बहुत ज़्यादा वो मोनिवरिंग होंगी सी बहुत ज़्यादा वो मैनिपुलेशन होंगी सी करके उन्होंने जी डायरैक्ट उन्होंने जी बिच पहले न्यूज़ जी एडिटर को जाएगी या न्यूज़ रूम एडिटर डेस्क को जाएगी उदों जी बायफ्रकेट होकर उद्दे तो मतलब कि कुछ भी उन्होंने मैनिपुलेट कर देंगे सी। हूँ एक डायरैक्ट रास्ता हैगा तुम हमने अपलोड कर दौ तो ना ही फेसबुक या यूट्यूब के उत्ते जी अपलोड हो के वो सीधा मैसेज और जो भी वो कहना चाहते हैं वो बिल्कुल पब्लिक दे विच हुंदा है। तो ये जिहड़ा अंदोलन है उन्होंने करके ही जिहड़ा बहुत बड़ा बनया। कल जी आप मीडिया हाउस की गल करते पे डेफिनेटली किसानों के अंदर रोष हैगा, हूँ तो सिचुएशन ये हैगी इंद्रजीत जी कि जिहड़े वड्डे वड्डे जिहड़ी कंपनियां हैगी है चाहे तुसीं प्रिंट लै लो या इलैक्ट्रॉनिक मीडिया खास करके इलैक्ट्रॉनिक मीडिया लै लो वह जरूर इन्हां अंदोलन नूं कवर करना चाहुंदे ने क्योंकि वो चाहते हैं कि आपां हुण इस टाइम ते आके किते ना किते आपां किसानां नाल मिल के उन्हां नूं एक जिहड़ी सिंपैथी भी आपां शो करिए, पर गल हुण इन्नी ज़्यादा वध गई है कि किसान नहीं चाहते कि वह उन्हां नूं कवर करन क्योंकि इनिशियली जिहड़ी है जद ये वेव जिहड़ी है बनदी पई सी उस टाइम ते बड़ी स्टैप मदरली ट्रीटमेंट इन्हां वड्डे पद्धर दे जिहड़े चैनल सीगे इन्हां ने कीती है, बड़ी गलत तरीके दे नाल उन्हां नूं प्रोजेक्ट किया है। हुण जिहड़ा उन्हां तों एक रिएक्शन आउंदा किसानां तों कि असीं तुहानूं कवर नहीं करना देंगे वो भी बड़ी जायज़ जी गल हैगी है जी।
बिल्कुल विनय जी, क्योंकि कल दीआं तस्वीरां जिहड़ियां सन आपां वेखियां तां बहुत सारे मीडिया हाउस नूं जिहड़ा हैगा उन्होंने कवरेज जिहड़ी आ उह नहीं कर दित्ती। किसान जथेबंदियां ने लोकां ने सवाल जिहड़े ने मीडिया नूं पुछे ने, बहुत सारा कुछ जिहड़ा उह कल वेखण वाला जिहड़ा सी उहदी सी, ते कल भी आउण वाले कल नूं भी बहुत कुछ वेख्या जाऊगा। गुरनाम सिंह चडूनी उन्होंने कह दिता है कि कल 10 बजे करनाल दे विच महापंचायत होण जा रही है। इस नूं लै के सूबा सरकार ने भी अपने कोशिशां शुरू कर दित्तियां ने। 144 धारा जिहड़ी है उह लगा दित्ती गई हैगी है। जिहड़े SDM दा तबादला किया गया उसनों लै के भी किसान जथेबंदियां कहिंदा कहना है कि यह जिहड़ा तबादला उहनां नूं सज़ा नहीं दित्ती गई, उहनां नूं जिहड़ा हैगा उहनां नूं प्रमोशन जिहड़ी उह दित्ती गई है। जदों तक उहनां दे खिलाफ कार्रवाई नहीं हुंदी उह संघर्ष भी जारी रहेगा। तो हो सकदा है कल घराब भी जिहड़ा उह DM ऑफिस दा उत्थे हो सकदा। हालात जिहड़े ने हरियाणा दे विच काफ़ी नाजुक बने हुए ने, क्योंकि कल किन्ना कोई कल दे इकट्ठ तों बाद कल होण वाले इकट्ठ दे विच किन्ने लोग शामिल हुंदे ने, एक बड़ा वड्डा चैलेंज सूबा सरकार दे लई भी है ते दूजा किसानां दे लई भी है। जी जी, चैलेंज दोनों दोनों पासे ते ही हैगी है, क्योंकि मनोहर लाल खट्टर सरकार जिहड़ी है बार बार एक कितना ना कितें इस अंदोलन उत्ते एक खास निगरानी उन्होंने रखी हुई है। लॉ एंड ऑर्डर की सिचुएशन जब भी अपन जब भी गल करते हैं अमूमन असं वेखते हैं कि जब भी पहले भी वायलेंट इंसीडेंट कोई भी होया है वो किसानों तो वालों जी है उनकी शुरुआत कभी भी नहीं की गई। जिहड़ा लास्ट लाठीचार्ज भी होया थी जिहदे SDM का जिहड़ा स्पीच सी वो बहुत बड़ी जिहड़ी कॉन्ट्रोवर्सी बन गई सी, उहदे च भी असीं वेख्या सी कि किसानों ने जिहड़ी है किसी का किसी नाल कोई वो सिर्फ अपना प्रोटेस्ट करते पे सी, काले झंडे उन्होंने लहराने सी, ते उन्हां दी सिर्फ इन्ना करी सीगा कि जब खट्टर साहब का काफिला उधरों गुजरूगा तो वह अपने काले झंडे लैके उन्होंने अपना प्रोटेस्ट जिहड़ा उहनूं दर्ज कराने की कोशिश कर रहे सी। कल दी जिहड़ी पंचायत हैगी है ਇਹਦੇ 'ਚ ਜ਼ਰੂਰ ਇਸ ਟਾਈਮ ਵੀ ਜਿਹੜਾ ਇਹ ਲੋਅ ਐਂਡ ਆਰਡਰ ਸਿਚੁਏਸ਼ਨ ਦਾ ਇੱਕ ਸਵਾਲ ਜ਼ਰੂਰ ਬਣਿਆ ਹੋਇਆ ਕਿਤੇ ਨਾ ਕਿਤੇ, ਕਿਉਂਕਿ ਕਿਸਾਨਾਂ ਵੱਲੋਂ ਤਾਂ ਉਹਨਾਂ ਦਾ ਰੁੱਖ ਜਿਹੜਾ ਹੈ ਜਦੋਂ ਇੰਨੀ ਵੱਡੀ ਮਹਾਂਪੰਚਾਇਤ ਮੁਜ਼ੱਫਰਨਗਰ 'ਚ ਹੋਲਡ ਕਰ ਸਕਦੇ ਨੇ ਉਹ ਵੀ ਬਿਨਾਂ ਕਿਸੇ ਲੋਅ ਐਂਡ ਆਰਡਰ ਦੀ ਪ੍ਰੋਬਲਮ ਦੇ ਉੱਤੇ। ਤੁਸੀਂ ਵੇਖਿਆ ਹੋਣਾ ਰਾਕੇਸ਼ ਟਿਕੈਤ ਵੀ ਆਪ ਸਟੇਜ ਤੋਂ ਜਦ ਵੀ ਉਹ ਕੋਈ ਦੇਖਦੇ ਸੀ ਇਨਡਿਸਿਪਲਿਨ ਐਕਸ਼ਨ, ਕਿਉਂਕਿ ਇੰਨੇ ਲੱਖਾਂ ਲੋਕ ਉੱਥੇ ਸੀਗੇ ਡੈਫੀਨੇਟਲੀ 10-15 ਕੋਈ ਇੱਦਾਂ ਦੇ ਜਿਹੜੇ ਆ ਸ਼ਰਾਰਤੀ ਐਲੀਮੈਂਟ ਜਿਹੜੇ ਆ ਉਹ ਵਿੱਚ ਹਰ ਇੱਦਾਂ ਦੇ ਪੱਧਰ ਦੇ ਜਿਹੜੇ ਵੱਡੀ ਸਟੇਜ ਹੈਗੀ ਹੈ ਕੋਈ ਪਹੁੰਚ ਜਾਂਦੇ ਨੇ ਅਤੇ ਉਹ ਆਪ ਬੜੇ ਡਿਸਿਪਲਿਨ ਨੂੰ ਲੈ ਕੇ ਬੜੇ ਸਖਤ ਹੈਗੇ ਆ। ਅਤੇ ਕੱਲ੍ਹ ਵੀ ਜਿਹੜੀ ਹੈ ਪੂਰੇ ਦੇਸ਼ ਦੀ ਨਜ਼ਰ ਉੱਥੇ ਰਹੇਗੀ, ਕਿਉਂਕਿ ਕਿਤੇ ਨਾ ਕਿਤੇ ਪਿਛਲੀ ਵਾਰੀ ਖੱਟਰ ਸਰਕਾਰ ਦਾ ਕਾਫੀ ਕ੍ਰਿਟੀਸਿਜ਼ਮ ਹੋਏਗਾ। ਮੈਨੂੰ ਉਮੀਦ ਹੈ ਉਹ ਲੋਅ ਐਂਡ ਆਰਡਰ ਨੂੰ ਜਿਹੜੀ ਹੈ ਉਹਨੂੰ ਜਿਹਦੇ ਵਾਸਤੇ ਚਾਹੇ ਉਹਨਾਂ ਨੇ 144 ਧਾਰਾ ਜਿਹੜੀ ਜ਼ਰੂਰ ਲਾਈ ਹੈ ਪਰ ਉਹ ਕਿਸਾਨਾਂ ਦੇ ਉੱਤੇ ਜਿਹੜਾ ਪਾਵਰ ਦਾ ਜਿਹੜਾ ਮਿਸਯੂਜ਼ ਨਹੀਂ ਹੋਏਗਾ। ਮੇਰੇ ਖਿਆਲ ਪਿਛਲੀ ਵਾਰੀ ਜਿਹੜਾ ਕ੍ਰਿਟੀਸਿਜ਼ਮ ਹੋਇਆ ਇਟ ਸ਼ੁੱਡ ਬੀ ਅ ਲੈਸਨ ਫੋਰ ਦਾ ਖੱਟਰ ਗਵਰਨਮੈਂਟ ਕਿ ਉਹ ਦੁਆਰਾ ਜਿਹੜੀ ਹੈ ਇਸ ਫਾਰਮੂਲੇ ਨੂੰ ਰੈਪਲੀਕੇਟ ਨਾ ਕਰਨ। ਇੱਕ ਸੈਂਸਿਟਿਵ ਆਫਿਸਰ ਜਿਹੜੇ ਕਿ ਜਿਹਨੂੰ ਕਿ ਆਪਾਂ ਆਫਿਸਰ ਸਮਝਦੇ ਨੇ ਇੱਕ ਵਧੀਆ ਉਹਨਾਂ ਦਾ ਇੰਟੈਲੀਜੈਂਸ ਕੋਸ਼ੈਂਟ ਹੁੰਦਾ ਉਹ ਆਪਣੀ ਇੰਟੈਲੀਜੈਂਸ ਦੇ ਨਾਲ ਜਿਹੜੀ ਹੈ ਇਸ ਸਿਚੁਏਸ਼ਨ ਨੂੰ ਜਿਹੜੀ ਟੈਨਸ਼ਨ ਬਣਦੀ ਵੀ ਹੈ ਕੋਈ ਉਹਨੂੰ ਡਿਫਿਊਜ਼ ਕਰਨ ਅਤੇ ਘੱਟ ਤੋਂ ਘੱਟ ਜਿਹੜੇ ਹੈ ਇੱਦਾਂ ਦੇ ਹਾਲਾਤ ਨਾ ਬਣਨ ਕਿ ਕਿਸੇ ਦਾ ਸਿਰ ਫਟ ਜਾਏ, ਕਿਸੇ ਦੀ ਬਾਂਹ ਟੁੱਟ ਜਾਏ, ਕਿਸੇ ਦੀ ਲੱਕ ਟੁੱਟ ਜਾਏ ਅਤੇ ਉੱਧਰੋਂ ਜਿਹੜੇ ਉਹਨਾਂ ਨੂੰ ਹੋਸਪਿਟਲ ਲੈ ਕੇ ਜਾਇਆ ਜਾਏ। ਘੱਟ ਤੋਂ ਘੱਟ ਇੱਦਾਂ ਦੇ ਸੀਨ ਸਾਨੂੰ ਕੱਲ੍ਹ ਵੇਖਣ ਨੂੰ ਨਾ ਮਿਲੇ, ਉਮੀਦ ਕਰਦੇ ਹਾਂ। ਬਿਲਕੁਲ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਕੁਛ ਨਾ ਹੋਵੇ, ਪਰ ਜਿਸ ਤਰੀਕੇ ਦੇ ਨਾਲ ਜਿਹੜੇ ਹਰਿਆਣਾ ਦੇ ਕਿਸਾਨ ਆਗੂ ਨੇ ਚਡੂਨੀ ਸਾਹਿਬ ਦਾ, ਉਹਨਾਂ ਨੇ ਤਾਂ ਸਾਫ਼ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਕਿਸਾਨ ਜਿਹੜੇ ਨੇ ਉਹ ਰੁਕਣ ਵਾਲੇ ਨਹੀਂ ਹੈ। ਕੱਲ੍ਹ ਮੁਜ਼ੱਫਰਨਗਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਾਫੀ ਤਾਦਾਦ ਦੇ ਵਿੱਚ ਕਿਸਾਨ ਪਹੁੰਚਦੇ ਨੇ ਅਤੇ ਆਸ ਜਿਹੜੀ ਹੈ ਉਹ ਇਹੀ ਜਿਤਾਈ ਜਾ ਰਹੀ ਹੈ ਕਿ ਕੱਲ੍ਹ ਵੀ ਹੋਣ ਵਾਲੇ ਇਸ ਮਹਾਂਪੰਚਾਇਤ ਦੇ ਵਿੱਚ, ਕਿਉਂਕਿ ਮਹਾਂਪੰਚਾਇਤ ਨਾਮ ਦਿੱਤਾ ਗਿਆ ਹੁਣ ਹਰ ਇੱਕ ਦੀ ਐਕਸਪੈਕਟੇਸ਼ਨਸ ਜਿਹੜੀਆਂ ਨੇ ਉਹ ਇੱਥੇ ਤੱਕ ਆ ਗਈਆਂ ਨੇ ਕਿ ਉਨਾ ਹੀ ਰਸ਼ ਜਿਹੜਾ ਉਹ ਹਰਿਆਣੇ ਦੇ ਵਿੱਚ ਵੀ ਹੋਏਗਾ। ਕੱਲ੍ਹ UP ਦੇ ਕਾਫੀ ਲੋਕ ਦੇਖਣ ਨੂੰ ਮਿਲੇ ਸੀ ਅਤੇ ਕੱਲ੍ਹ ਹਰਿਆਣੇ ਅਤੇ ਪੰਜਾਬ ਦੇ ਲੋਕਾਂ ਦੇ ਲਈ ਵੀ ਇੱਕ ਵੱਡਾ ਚੈਲੰਜ ਹੈ ਇਸ ਮਹਾਂਪੰਚਾਇਤ ਦੇ ਵਿੱਚ ਪਹੁੰਚਣ ਦਾ। ਸਰਕਾਰ ਜਿਹੜੀ ਹੈ ਉਹ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਮੇਰੇ ਹਿਸਾਬ ਨਾਲ ਜ਼ਰੂਰ ਕਰੇਗੀ, ਕਿਉਂਕਿ ਖੱਟਰ ਸਰਕਾਰ ਲਗਾਤਾਰ ਆਪਾਂ ਵੇਖ ਰਹੇ ਹਾਂ ਕਿ ਖੱਟਰ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੇ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਨੇ, ਕਾਮਯਾਬ ਭਾਵੇਂ ਕਿ ਉਹ ਨਹੀਂ ਹੋ ਪਾਏ ਉਹ ਇੱਕ ਵੱਖਰੀ ਗੱਲ ਹੈ। ਅਤੇ ਕੱਲ੍ਹ ਵੀ ਜਿਹੜੀ ਮਹਾਂਪੰਚਾਇਤ ਹੋਣੀ ਹੈ, ਜੇਕਰ ਕਿਸਾਨ ਮਹਾਂਪੰਚਾਇਤ ਕਰਨ ਦੇ ਵਿੱਚ ਉੱਥੇ ਕਾਮਯਾਬ ਹੋ ਜਾਂਦੇ ਨੇ ਤਾਂ ਇਹ ਬੜਾ ਵੱਡਾ ਇੱਕ ਤਰ੍ਹਾਂ ਦਾ ਇਹ ਲਾ ਲਈਏ ਕਿ ਮੂੰਹ 'ਤੇ ਚਪੇੜ ਜਿਹਨੂੰ ਕਹਿੰਦੇ ਆ ਉਹ ਹੋਵੇਗੀ, ਕਿਉਂਕਿ 144 ਧਾਰਾ ਜਿਹੜੀ ਹੈ ਉਹ ਉੱਥੇ ਦੀ ਲਗਾ ਦਿੱਤੀ ਗਈ ਹੈ ਹਰਿਆਣਾ ਗੌਰਮੈਂਟ ਵੱਲੋਂ, ਜਿਹਦੇ ਵਿੱਚ 4 ਤੋਂ ਵੱਧ ਬੰਦੇ ਜਿਹੜੇ ਨੇ ਉਹ ਇਕੱਠੇ ਨਹੀਂ ਹੋ ਸਕਦੇ। ਦੂਜੇ ਪਾਸੇ ਗੁਰਨਾਮ ਚਡੂਨੀ ਜਿਹੜੇ ਨੇ ਉਹ ਇਹ ਲਗਾਤਾਰ
लगातार वीडियो पा के संदेश जारी कर रहे हैं कि भावें कि करनाल जी करनाल का प्रशासन है चाहे हरियाणा सरकार है जिन्नी मर्जी धारावान लगा दे असी साढ़े परचे भी दर्ज होंगे हो जाण दो पर असी कल की जी महापंचायत आ उरे करांगे लखां दी तादाद च किसान उरे कल पहुँचणगे ते पहुँचण तो बाद उस SDM के खिलाफ जिन्हां ने मतलब किसानों के उत्ते हमला करने के लिए एक तरह के खुले अधिकार जोड़े से फोर्स में दिते सन उन्होंने खिलाफ जोड़ा है जब तक कार्रवाई नहीं होंगी उदों तक उन्हों का प्रदर्शन भी जोड़ा वह लगातार जारी रहेगा। यही कारण है कि टेंस माहौल जोड़ा है वह हरियाणा के बन चुकया है। लोग भी जोड़े ने वह कल अवॉइड करे शायद खास करके करनाल वाली सैड जा जाए कह रही कि जे किसी ने पंजाब तो दिल्ली जाना या दिल्ली तो पंजाब आना है तो हो सकता है कि कल भी लोग भी जोड़े ने उसको अवॉइड करे क्योंकि पहला भी माहौल जोड़े ने खराब होंगे रहे हैं। यही कारण है कि यात्री जोड़े ने उन्होंने भी काफ़ी मुशक्कत का सामना करना पैंता है। उत्ते ही कल की जेकर आप गल करिए मुजफ्फरनगर के फैसला लिया गया कि 27 तरीक न भारत बंद की कॉल भी जी है इन्होंने किसानों के वालों दी गई हैगी है। कहने का मतलब है कि हूँ किसान जोड़े ने सरगर्म हो चुके हैं एक तो बाद एक प्लैन जोड़ा उन्होंने वालों बनाया जा चुकया ता जो केंद्र सरकार उन्होंने जरा दबाव जो बनाया जा सके। पहला वेखन चाहता कि विरोधी पार्टियां की हिमायत नहीं ली जाती सी ली हूँ भी नहीं जा रही बट एक तरीका है हूँ विरोधी पार्टियां भी अपने तौर पर किसानों को समर्थन दे रही ने दूजे पास किसान खुद जोड़ा है वह दबाव बनाने की कोशिश कर रहे हैं। वेखना यही होगा कि कल की जेकर कल जो महापंचायत होंगी है तो उस की कुछ होंगे असी वाई मीडिया की पूरी टीम जी है इस पर पूरी नज़र जी है वह बनाई रखेगी ता जो असी भी तुम पल पल की खबर जी है किसान अंदोलन के नाल संबंधित वो असी तुम दिखा सकी। इस गल हूँ करा सुप्रीम कोर्ट की सुप्रीम कोर्ट के एक पटीशन पाई जाती है जो कहा जाता है कि सिंघू बॉर्डर के जेडे नेड़े तेड़े दे पिंड ने उन्हां दे वल्लों यह पटीशन पाई गई है ता जो जिहड़ा 9 महीनों तो रस्ता उत्थे बंद पिया उसनू खुलवाया जा सके। इस तो पहला भी काफ़ी बारी कोशिश हो चुकी है कि सिंघू बॉर्डर के उत्ते जिहड़ा धरना लग्या होया इसनू चुका के किसी होर जगह शिफ्ट किया जाए पर वार वार वेखण च आया कि सिंघू सुप्रीम कोर्ट ने जरा कितना कित किसानों के हक के जोड़े ने वो फैसले दिते ने ते जेकर अज दी भी आप गल करिए सुप्रीम कोर्ट ने साफ कर दिता है कि इस संबंधी पहला जिहड़े पटीशनकर्ता ने उन्होंने हाई कोर्ट का रुख करना चाहिए हाई कोर्ट के जी है उन्होंने अपनी एप्लीकेशन देनी होगी तो हूँ जोड़े याचिकर्ता ने उन्होंने हाई कोर्ट के जी है इस अंदोलन इतों जे कह चुकन या रस्ता खिलवाण लैके जी अपनी अपील जी करनी होगी तो उस तो बाद जो है सुप्रीम कोर्ट जोड़ा कोई फैसला चाहे उससे जी गल कर सकता। विनय जी पर एक गल साफ है कि एक बार फिर जी है वो जित जो मैं कह लवा कोई किसानों की होंगी नज़र आई है क्योंकि लगातार कोशिशा की गई ने दिल्ली के गुरुआं खुलवाण की खास करके सिंघू बॉर्डर क्योंकि सिंघू बॉर्डर जो देखा जाए तो काफ़ी बड़ी तादाद किसान जोड़े से उत्थे बैठे हुए सन पिछे जो गल भी चली सी कि रस्ता बंद किया हो किसानों ने कहा कि रस्ता असी बंद नहीं किया रस्ता जोड़ा बंद किया हो हरियाणा और दिल्ली की जी पुलिस है उन्होंने जोड़े पक्के तौर पर बैरीगेट्स लगाए हुए हैं उन्होंने बंद किया होे वालों एक साइड तो रस्ता जोड़ा से वह चल रहा है पहला भी हूँ भी चल रहा है पर जिहड़ा रस्ता बंद है वह अपना सुरक्षा के मद्देनज़र पुलिस वालों बंद किया गया है। कितना कि साफ है कि इस तरह की जी हूँ जिमें सुप्रीम कोर्ट ने भी कहता कि पहला हाई कोर्ट के जाके पटीशन पाओ उस तो साफ है कि हूँ दोबारा तो उही पिंडा के लोग कहते हैं पिंडा के लोग जबकि किसानों का दावा है कि यह पिंडा के लोग नहीं है यह भाजपा के या RSS के ही बंदे ने जो लगातार इस धरने इतों उठाने कोशिशा कर रहे हैं पर पिंडा के लोग साढ़े नाल ने कि उन्होंने हूँ हाई कोर्ट का रुख करना पवेगा। जी देखो ऑलमोस्ट सेम लॉजिक देखिए पहले भी जी पटीशन पाई गई थी सुप्रीम कोर्ट के सेंटर गवर्नमेंट ने पाई थी पूरा पटीशन तो सुप्रीम कोर्ट ने संज्ञान लेंदे हुए साफ करते सी कि जिहड़ा प्रोटेस्ट हैगा वो पार्ट ऑफ फंडामेंटल राइट है फंडामेंटल कॉन्स्टिट्यूशनल राइट हैगा राइट टू स्पीच राइट टू प्रोटेस्ट तो नाल उन्होंने कहा कि जे तुहानू लगता है प्रोटेस्ट साइट ऑफ प्रोटेस्ट इज नॉट ए राइट साइट तो तुसीं इहनां नूं कोई होर जगह दे दो ते साइट जी हैगी है वो दिल्ली और सेंटर गवर्नमेंट ने सोचना चाहिए सी कि होर साइट उन्होंने कोई होर इन्ने इस लैवल का स्पेस हैगा तो वह आराम नाल जिहड़ा क्रिएट कर सकते सी उत्थे दे सकते सी पहली गल। दूजा जिहड़ा है कि डेफिनेटली ये सरकार जिहड़ी है कितना कितने जिहड़ी बैरीकेडिंग हुई है बैरीकेडिंग असी वाई मीडिया की टीम
ਥੋੜ੍ਹੇ ਦਿਨ ਪਹਿਲੇ ਅਸੀਂ ਟਿੱਕਰੀ ਬਾਰਡਰ ਸਿੰਘ ਬਾਰਡਰ 'ਤੇ ਗਏ ਵੀ ਸੀਗੇ। ਬਲਕਿ ਜਿਹੜੀ ਬੈਰੀਕੇਡਿੰਗ ਹੈ ਉਹ ਆਪ ਜਿਵੇਂ ਤੁਸੀਂ ਹੁਣੇ ਕਿਹਾ ਕਿ ਉਹ ਦਿੱਲੀ ਬਾਰਡਰ ਉੱਥੇ ਜਿਹੜੀ ਹੈ ਬੀ ਐੱਸ ਐੱਫ ਫੋਰਸ ਉੱਥੇ ਲੱਗੀ ਹੋਈ ਹੈ, ਇੱਕ ਤਰਫ ਜਿਹੜੇ ਕਿਸਾਨ ਹੈ, ਦੂਜੇ ਪਾਸੇ ਜਵਾਨ ਹੈਗੇ ਆ, ਉਹ ਜਿਹੜੇ ਜਵਾਨ ਹੈਗੇ ਆ ਉਹ ਵੀ ਕਿਸਾਨਾਂ ਦੇ ਪੁੱਤ ਹੈਗੇ ਆ, ਜਿਹੜੇ ਦੂਜੇ ਪਾਸੇ ਹੈਗੇ ਆ, ਉਹਨਾਂ ਵਿੱਚ ਜਿਹੜੀ ਆ ਆਪਸ 'ਚ ਕੋਈ ਟੈਨਸ਼ਨ ਨਹੀਂ ਹੈਗੀ ਹੈ। ਬੜੇ ਆਰਾਮ ਨਾਲ ਉਹ ਇੱਕ ਦੂਜੇ ਦੇ ਨਾਲ ਜਿਹੜੇ ਆ ਗੱਲਬਾਤ ਕਰਦੇ ਆ, ਇੱਕ ਦੂਜੇ ਨੂੰ ਚਾਹ ਵੀ ਪੀਂਦੇ ਆ, ਲੰਗਰ ਦੀ ਪ੍ਰਥਾ ਹੈਗੀ ਹੈ ਸਿੱਖੀਜ਼ਮ ਦੇ ਅੰਦਰ, ਕਦੇ ਉਹ ਉੱਧਰ ਜਿਹੜੇ ਆ ਲੰਗਰ ਵੀ ਜਿਹੜਾ ਛੱਕਦੇ ਹੁੰਦੇ ਆ। ਅਤੇ ਇਹਦੇ ਨਾਲ ਜਿਹੜਾ ਹੈ, ਇਹਦੇ ਨਾਲ ਜਿਹੜੀ ਪਟੀਸ਼ਨ ਦੇ ਨਾਲ ਸੁਪਰੀਮ ਕੋਰਟ ਦਾ ਰਵੱਈਆ ਆਲਰੇਡੀ ਜਿਹੜਾ ਕਿਸਾਨਾਂ ਲਈ, ਕਿਉਂਕਿ ਉਹ ਉਹਨਾਂ ਦੇ ਕਿਸਾਨਾਂ ਤੋਂ ਪ੍ਰੋਟੈਸਟ ਦਾ ਰਾਈਟ, ਉਹਨਾਂ ਦਾ ਕੌਨਸਟੀਟਿਊਸ਼ਨ ਰਾਈਟ ਕਦੇ ਵੀ ਸਨੈਚ ਨਹੀਂ ਕਰ ਸਕਦੇ। ਨਾਲ ਇਸ ਟਾਈਮ ਤਿੰਨ ਮੇਜਰ ਪੁਆਇੰਟਸ ਮੈਂ ਸ਼ੇਅਰ ਕਰਨਾ ਚਾਹੂੰਗਾ ਇੰਦਰਜੀਤ ਜੀ। ਕੱਲ੍ਹ ਦੀ ਜਿਹੜੀ ਖਾਸ ਕਰਕੇ ਮਹਾਂਪੰਚਾਇਤ ਹੋਈ ਹੈ, ਉਹਦੇ ਨਾਲ ਜਿਹੜਾ ਕਿਸਾਨਾਂ ਦੇ ਹੌਸਲੇ ਹੋਰ ਜ਼ਿਆਦਾ ਜਿਹੜੇ ਬੁਲੰਦ ਹੋਏ ਆ। ਅਤੇ ਜਿਹੜੀ ਇੱਕ ਪਰਸੈਪਸ਼ਨ ਹੋ ਗਈ ਸੀ ਨੈਸ਼ਨਲ ਮੀਡੀਆ ਦੇ ਅੰਦਰ, ਵਾਰ ਵਾਰ ਜਿਹੜੀ ਆ ਮੰਤਰੀ ਸੰਤਰੀ ਆ ਕੇ ਮੀਡੀਆ ਪਲੇਟਫਾਰਮ ਦੇ ਉੱਤੇ ਵਾਰ ਵਾਰ ਸਟੇਟਮੈਂਟ ਦਿੰਦੇ ਹੁੰਦੇ ਸੀ ਕਿ ਇਹ ਜਿਹੜਾ ਅੰਦੋਲਨ ਹੈਗਾ ਇਸ ਦਾ ਪੰਜਾਬ ਦਾ ਹੈਗਾ, ਖਾਸ ਕਰਕੇ ਜਿਹੜਾ ਇੱਕ ਪਰਟੀਕੁਲਰ ਕਮਿਊਨਿਟੀ ਦਾ ਹੈਗਾ, ਉਹ ਜਿਹੜੀ ਧਾਰਨਾ ਹੈ ਕੱਲ੍ਹ ਉਹ ਬਿਲਕੁਲ ਉਹਨੂੰ ਤੋੜ ਦਿੱਤਾ ਗਿਆ। ਇਹ ਜਿਹੜਾ ਅੰਦੋਲਨ ਹੈਗਾ ਇਹ ਸਿਰਫ ਪੰਜਾਬ ਦਾ ਨਹੀਂ, ਇਹ 5-6 ਸੂਬਿਆਂ ਤੱਕ ਜਿਹੜੇ ਹੈ ਘੱਟ ਤੋਂ ਘੱਟ ਕੱਲ੍ਹ ਉਹਦੇ 'ਚ ਜਿਹੜੀਆਂ ਸ਼ਮੂਲੀਅਤ ਹੋਈ। ਨੰਬਰ 1। ਨੰਬਰ 2, ਇਹ ਸਿਰਫ ਇਹ ਨਹੀਂ ਹੈ ਕਿ ਹਿੰਦੂ ਜਾਂ ਸਿੱਖ ਦਾ ਅੰਦੋਲਨ ਹੈ, ਮੁਸਲਿਮਸ ਦੇ ਸਭ ਤੋਂ ਵੱਡੇ ਲੀਡਰ 2013 ਤੱਕ ਜਿਹੜੇ ਕਿ ਆਪਣੇ ਕਿਸਾਨ ਅੰਦੋਲਨ ਦੇ ਨਾਲ ਜਿਹੜੇ ਰਲ ਕੇ ਮਿਲੇ ਹੋਏ ਸੀ, ਕਿਸਾਨ ਮੋਰਚਾ ਜਾਂ ਬਾਕੀ ਜਿੰਨੇ ਕਿਸਾਨ ਜਥੇਬੰਦੀਆਂ ਹੁੰਦੀ ਸੀ, 2013 ਦੇ ਅੰਦਰ ਜਦ ਰਾਇਟਸ ਹੋਏ ਸੀ ਉਹਨਾਂ ਨੇ, ਕਿਉਂਕਿ ਹਿੰਦੂ ਮੁਸਲਿਮਸ ਦੇ ਮੁਜ਼ੱਫਰਨਗਰ 'ਚ ਰਾਇਟਸ ਹੋਏ ਸੀ, ਉਹਨਾਂ ਨੇ ਨਾਰਾਜ਼ ਹੋ ਕੇ ਜਿਹੜੇ ਹੈ ਉਹ ਗੁਲਾਮ ਮੁਹੰਮਦ ਜੋਲਾ ਉਹਨਾਂ ਦਾ ਨਾਂ ਹੈ, ਉਹਨਾਂ ਨੇ ਨਾਰਾਜ਼ ਹੋ ਕੇ ਆਪਣਾ ਇੱਕ ਅਲੱਗ ਇੱਕ ਜਥੇਬੰਦੀ ਬਣਾ ਲਈ ਸੀ। 2013 ਤੋਂ ਬਾਅਦ ਕੱਲ੍ਹ ਉਹ ਮਹਾਂਪੰਚਾਇਤ ਦੇ ਸਟੇਜ ਦੇ ਉੱਤੇ ਬੈਠੇ ਸੀ, ਉਹ ਕੁਛ ਬੋਲੇ ਨਹੀਂ ਕਿਉਂਕਿ ਉਹਨਾਂ ਦੀ ਉਮਰ ਇਸ ਟਾਈਮ 85 ਸਾਲ ਹੈਗੀ ਹੈ, ਕਿਉਂਕਿ ਉਹਨਾਂ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਸੀ। ਉਹਨਾਂ ਨੇ ਪੂਰਾ ਸਾਥ, ਮੁਸਲਿਮ ਕਮਿਊਨਿਟੀ ਦੇ ਬਹੁਤ ਵੱਡੇ ਕਿਸਾਨ ਲੀਡਰ ਹੈਗੇ ਆ, ਮੈਂ ਦੁਬਾਰਾ ਰਿਪੀਟ ਕਰਦਾ, ਗੁਲਾਮ ਮੁਹੰਮਦ ਜੋਲਾ, ਉਹ ਕੱਲ੍ਹ ਉਹਨਾਂ ਨੇ ਸ਼ਿਰਕਤ ਕੀਤੀ ਹੈ। ਇਹ ਅੰਦੋਲਨ ਜਿਹੜਾ ਅਸੀਂ ਹੁਣ ਸੂਬਿਆਂ ਦੀ ਤਾਂ ਗੱਲ ਕਰ ਰਹੇ ਸੀ ਪਹਿਲੇ ਕਿ ਹਰਿਆਣਾ ਦਾ ਹੈਗਾ, ਪੰਜਾਬ ਦਾ ਹੈਗਾ ਜਾਂ ਯੂਪੀ ਦਾ ਹੈਗਾ ਕਿ ਨਹੀਂ ਹੈਗਾ, ਬਟ ਨਾਓ ਇਟ ਇਜ਼ ਇਟ ਹੈਜ਼ ਬਿਕਮ ਏ ਕੋਲੈਕਟਿਵ ਪ੍ਰੋਟੈਸਟ, ਹਿੰਦੂ ਮੁਸਲਿਮ ਅਤੇ ਮੁਸਲਿਮ ਜਿਹੜੇ ਆ, ਸਿੱਖ ਜਿਹੜੇ ਆ, ਸਾਰੇ ਇਕੱਠੇ ਆ ਗਏ ਨੇ। ਇੱਕ ਬਹੁਤ ਵੱਡਾ ਇੰਡੀਕੇਟਰ ਹੈਗਾ ਕਿ ਦੇਸ਼ ਦੇ ਜਿਹੜੀ ਹੈ ਕਿਸਾਨ ਕੀ ਚਾਹੁੰਦਾ। ਅਤੇ ਤੀਜੀ ਜਿਹੜੀ ਅਹਿਮ ਗੱਲ ਮੈਂ ਕਹਿਣ ਜਾ ਰਿਹਾ ਉਹ ਇਹ ਹੈਗੀ ਹੈ ਕਿ ਕਿਤੇ ਨਾ ਕਿਤੇ ਜਿਹੜੀ ਹੈ ਸਰਕਾਰ ਹੁਣ ਪੂਰੀ ਦੀ ਪੂਰੀ ਹਿੱਲ ਗਈ ਹੈ। ਤੁਸੀਂ ਇਨਫੋਰਮਲੀ ਆਫ ਦਾ ਰਿਕਾਰਡ ਗੱਲ ਕਰੋ ਬੀਜੇਪੀ ਦੇ ਲੀਡਰਸ ਦੇ ਨਾਲ ਜਾਂ ਕਿਸੇ ਵੀ ਪਾਰਟੀ ਦੇ ਲੀਡਰਸ ਦੇ ਨਾਲ, ਲੋਕਲ ਲੀਡਰਸ ਦਾ, ਕਿਸੇ ਵੀ ਸੂਬੇ ਦਾ, ਚਾਹੇ ਹਰਿਆਣਾ ਦਾ ਹੈਗਾ, ਪੰਜਾਬ ਦਾ ਹੈਗਾ ਜਾਂ ਯੂਪੀ ਦਾ ਹੈਗਾ, ਜਿਹੜਾ ਗਰਾਊਂਡ ਰੂਟ ਦੀ, ਗਰਾਊਂਡ ਲੈਵਲ ਦੀ ਰਿਐਲਿਟੀ ਨਾਲ ਚੰਗੀ ਤਰ੍ਹਾਂ ਵਾਕਿਫ ਹੈ, ਜਿਹੜਾ ਕੈਡਰ ਦਾ ਪਾਰਟ ਹੈ ਹਰ ਪੋਲੀਟੀਕਲ ਪਾਰਟੀ ਦਾ, ਉਹ ਸਾਰੇ ਇੱਕ ਹੀ ਗੱਲ ਕਹਿੰਦੇ ਪਏ ਹੈ ਕਿ ਸੈਂਟਰਲ ਲੀਡਰਸ਼ਿਪ ਜਿਹੜੀ ਹੈ ਬੀਜੇਪੀ ਦੀ, ਉਹਨਾਂ ਨੂੰ ਇੰਨਾ ਐਗਰੈਸ਼ਨ ਨੂੰ ਛੱਡ ਦੇਣਾ ਚਾਹੀਦਾ। ਉਹਨਾਂ ਨੂੰ ਜਿਹੜਾ ਹੈ ਇਹਦੇ 'ਤੇ ਸੰਗਿਆਨ ਲੈ ਕੇ ਆਰਾਮ ਨਾਲ ਇਲੈਕਸ਼ਨ ਤੋਂ ਪਹਿਲੇ ਕਿਸਾਨਾਂ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਹੈ। ਇਹ ਸਿਰਫ 2022 ਦੇ ਇਲੈਕਸ਼ਨ ਦੀ ਗੱਲ ਨਹੀਂ ਹੈਗੀ ਹੈ, ਇਹ ਜਿਹੜੀ ਗੱਲ ਹੈਗੀ ਹੈ ਇਹਦਾ ਮੈਸੇਜ ਜਿਹੜਾ ਆਉਣ ਵਾਲੇ ਕਈ ਦਹਾਕਿਆਂ ਤੱਕ ਇਹਦਾ ਇੰਪੈਕਟ ਰਹਿਣਾ ਹੈ ਇਸ ਰਾਜਨੀਤੀ ਦੇ ਅੰਦਰ। ਕਈ ਵਾਰੀ ਜਿਹੜੀ ਹੈ ਪੋਲੀਟੀਕਲ ਪਾਰਟੀਜ਼ ਇੱਕ ਗਲਤ ਨਿਰਣੇ ਦੇ ਨਾਲ ਸਿਰਫ ਇੱਕ ਟਰਮ ਵਾਸਤੇ ਵਾਈਪਆਊਟ ਨਹੀਂ ਹੁੰਦੀਆਂ, ਇਹਨਾਂ ਪਾਰਟੀਜ਼ ਨੂੰ ਜਿਹੜੇ ਹੈ ਤਿੰਨ ਤਿੰਨ ਚਾਰ ਚਾਰ ਦਹਾਕੇ ਵੀ ਲੱਗ ਜਾਂਦੇ ਆ ਵਾਪਿਸ ਆਉਣ ਨੂੰ, ਵਾਪਿਸ ਉਹੀ ਸਥਾਨ ਬਣਾਉਣ ਨੂੰ। ਅਤੇ ਇੱਕ ਹੋਰ ਪੁਆਇੰਟ ਮੈਂ ਕਹਿਣਾ ਚਾਹੂੰਗਾ, ਹਰ ਵਾਰੀ ਗੱਲ ਹੁੰਦੀ ਹੈ ਜਦ ਵੀ ਆਪਾਂ ਯੂਪੀ ਇਲੈਕਸ਼ਨ ਦੀ ਗੱਲ ਕਰਦੇ ਹਾਂ, ਹਰ ਵਾਰੀ ਜਿਹੜੀ ਹੈ ਜਰਨਲਿਸਟ ਦੇ ਵਿੱਚ ਵੀ ਚਰਚਾ ਹੁੰਦੀ ਹੈ ਕਿ ਕਿਉਂਕਿ ਬੀਜੇਪੀ ਨੇ ਜਿਹੜੀ ਹੈ ਰਾਮ ਮੰਦਿਰ ਦੇ ਇਸ਼ੂ ਨੂੰ ਇੱਕ ਕੰਕਲੂਜ਼ਨ ਜਿਹੜਾ ਇੱਕ ਲੋਜੀਕਲ ਐਂਡਿੰਗ ਦੇਤੀ ਹੈ, ਅਤੇ ਹਿੰਦੂ ਵੋਟ ਬੈਂਕ ਜਿਹੜਾ ਉੱਥੇ ਤਬਦੀਲ ਹੋ ਜਾਊਗਾ, ਹਿੰਦੂ ਖੁਸ਼ ਹੋ ਜਾਣਗੇ। ਇਹ ਜਿਹੜੀ ਹੈ ਇਹ ਵੀ ਜਿਹੜਾ ਪਰਸੈਪਸ਼ਨ ਹੈ ਕੱਲ ਬ੍ਰੇਕ ਹੋ ਗਈ ਹੈ ਇਹਦੇ ਨਾਲ, ਕਿਉਂਕਿ ਤੁਸੀਂ ਵੇਖਿਆ ਜਿਹੜੀ ਸਮਾਜਵਾਦੀ ਪਾਰਟੀ ਹੈ ਉਹ ਕਿਹਦੀ ਪਾਰਟੀ ਹੈ, ਉਹ ਕੋਈ ਪਰਟੀਕੁਲਰ ਉਹਦੇ 'ਚ ਕੌਣ ਹੈ, ਕੌਣ ਕੌਣ ਹੈਗੇ ਆ, ਉਹ ਵੀ ਹਿੰਦੂ ਪਾਰਟੀ ਮੰਨੀ ਜਾਂਦੀ ਹੈ। DSP ਕਿਹੜੀ ਪਾਰਟੀ ਹੈ, ਦਲਿਤ ਦੀ ਪਾਰਟੀ ਹੈ, ਦਲਿਤ ਕੌਣ ਨੇ, ਅਤੇ ਇਹ ਜਿਹੜੀ ਪਰਸੈਪਸ਼ਨਸ ਹੈਗੀ ਹੈ ਪੂਰੀ ਦੀ ਪੂਰੀ ਬ੍ਰੇਕਡਾਊਨ ਹੋ ਗਈ ਹੈ। ਜਦ ਤੁਸੀਂ ਹਾਈਲੀ ਪੋਲਰਾਈਜ਼ਡ ਕੌਂਸਟੀਚੁਐਂਸੀ ਦੇ ਅੰਦਰ ਇੱਕ ਇੰਪੈਕਟ ਕਰਦੇ ਹੋ, ਉੱਥੇ ਤੁਸੀਂ ਕੋਈ ਪੋਲਰਾਈਜੇਸ਼ਨ ਨਹੀਂ ਦੇਖਦੇ, ਉੱਦਾਂ ਦੀ ਕੋਈ ਵੀ ਉੱਦਾਂ ਦਾ ਮਾਹੌਲ ਨਹੀਂ ਬਣਦਾ। ਤੁਸੀਂ ਅੱਲਾਹੁ ਅਕਬਰ ਅਤੇ ਹਰ ਹਰ ਮਹਾਦੇਵ ਦੇ ਨਾਰੇ ਤਾਂ ਉੱਥੇ ਰੈਲੀ 'ਚ ਜ਼ਰੂਰ ਲੱਗਦੇ ਆ, ਬਟ ਉਹ ਪਿਆਰ ਵਾਲੇ ਨਾਰੇ ਸੀਗੇ, ਉਹ ਇੱਕ ਕਾਮਨ ਪਲੇਟਫਾਰਮ 'ਤੇ ਆ ਕੇ ਇੱਕ ਰਿਸਪੈਕਟ ਸੀਗਾ ਕਿ ਅਸੀਂ ਤੁਹਾਡਾ ਰਿਲੀਜਨ ਨੂੰ ਰਿਸਪੈਕਟ ਕਰਦੇ ਹਾਂ, ਤੁਸੀਂ ਵੀ ਸਾਡੇ ਰਿਲੀਜਨ ਨੂੰ ਰਿਸਪੈਕਟ ਕਰਦੇ ਹੋ, ਉਹ ਇੱਕ ਯੂਨਿਟੀ ਦੀ ਗੱਲ ਦਾ ਮੈਸੇਜ ਕੱਲ੍ਹ ਗਿਆ ਹੈ। ਅਤੇ ਆਪਾਂ ਵੇਖਾਂਗੇ ਕਿ 2022 ਦੇ ਅੰਦਰ ਹਰ ਵਾਰੀ, ਖਾਸ ਕਰਕੇ ਜਦ ਯੂਪੀ ਦੇ ਚੋਣ ਹੁੰਦੇ ਆ, ਹਰ ਵਾਰੀ ਪੋਲਰਾਈਜੇਸ਼ਨ ਹੁੰਦੀ ਹੈ, ਹਰ ਵਾਰੀ ਸੈਂਕੜੋਂ ਜਿਹੜੇ ਆ ਹਿੰਦੂ ਮੁਸਲਿਮ ਮਰਦੇ ਆ, ਉਹਨਾਂ ਦਾ ਖੂਨ ਜਿਹੜਾ ਸੜਕਾਂ 'ਤੇ ਵਹਿੰਦਾ। ਇਸ ਵਾਰੀ ਘੱਟ ਤੋਂ ਘੱਟ ਉਹ ਪੋਲਰਾਈਜੇਸ਼ਨ ਜਿਹੜੀ ਹੈ ਬਹੁਤ ਹੀ ਜਿਹੜੀ ਹੈ ਬਹੁਤ ਜ਼ਿਆਦਾ ਘੱਟ ਗਈ ਹੈ। ਅਤੇ ਇੱਕ ਹੋਰ ਜਿਹੜੀ ਹੈ ਇਹ ਯੂਨਿਟੀ ਦੀ ਆਪਾਂ ਗੱਲ, ਯੂਨਿਟੀ ਦਾ ਮਾਹੌਲ, ਹਾਰਮੋਨੀ ਦਾ ਮਾਹੌਲ ਬਣਦਾ ਹੋਇਆ ਵੇਖਦੇ ਹਾਂ ਜੀ।
ਬਿਲਕੁਲ ਵੀ ਨਹੀਂ ਜੀ, ਬਿਲਕੁਲ ਵੇਖਦੇ ਹਾਂ ਕਿਉਂਕਿ ਜਿਵੇਂ ਪਿੱਛੇ ਕਿਹਾ ਜਾਂਦਾ ਸੀ ਕਿ ਕਿਸਾਨ ਅੰਦੋਲਨ ਥੋੜ੍ਹਾ ਜਿਹਾ ਠੰਡਾ ਪੈਂਦਾ ਜਾ ਰਿਹਾ, ਪਰ ਜਿਸ ਤਰੀਕੇ ਦੇ ਨਾਲ ਹੁਣ ਤੋਂ ਸਰਗਰਮੀਆਂ ਤੇਜ਼ ਹੋਈਆਂ ਨੇ ਅਤੇ ਪੂਰੇ ਵਿਸ਼ਵ ਭਰ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਫਿਰ ਤੋਂ ਆਵਾਜ਼ ਜਿਹੜੀ ਆ ਉਹ ਬੁਲੰਦ ਹੋਣੀ ਸ਼ੁਰੂ ਹੋ ਚੁੱਕੀ ਹੈ। ਇਹੀ ਕਾਰਨ ਹੈ ਕਿ ਮੈਂ ਅਤੇ ਵਿਨੇ ਜੀ ਲਗਾਤਾਰ ਜਿਹੜਾ ਜੀ ਉਸ 'ਤੇ ਕਿਸਾਨ ਅੰਦੋਲਨ 'ਤੇ ਜਿਹੜੀ ਆ ਪੂਰੀ ਨਜ਼ਰ ਬਣਾਏ ਹੋਏ ਹਾਂ ਅਤੇ ਕੋਸ਼ਿਸ਼ ਸਾਡੀ ਇਹੀ ਹੈ ਕਿ ਹਰ ਖਬਰ ਜਿਹੜੀ ਹੈ ਅਸੀਂ ਵਾਈ ਮੀਡੀਆ ਦੇ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ। ਫਿਲਹਾਲ ਸਮਾਂ ਜਿਹੜਾ ਹੈਗਾ ਉਹ ਹੋਰ ਇਜਾਜ਼ਤ ਨਹੀਂ ਦਿੰਦਾ। ਵਿਨੇ ਜੀ ਬਹੁਤ ਬਹੁਤ ਧੰਨਵਾਦ ਵਾਈ ਮੀਡੀਆ ਦੇ ਨਾਲ ਜੁੜਨ ਦੇ ਲਈ। ਸ਼ੁਕਰੀਆ ਜੀ। ਦੋਸਤੋ, ਕੱਲ੍ਹ ਕਰਨਾਲ ਦੀ ਮਹਾਂਪੰਚਾਇਤ ਉੱਤੇ ਵੀ ਸਾਡੀ ਨਜ਼ਰ ਜਿਹੜੀ ਆ ਉਹ ਬਣੀ ਰਹੇਗੀ। ਅਸੀਂ ਲਗਾਤਾਰ ਤੁਹਾਨੂੰ ਮਹਾਂਪੰਚਾਇਤ ਨਾਲ ਸੰਬੰਧਿਤ ਪੂਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਚੈਨਲ ਅਤੇ ਆਪਣੇ ਰੇਡੀਓ 'ਤੇ ਜਿਹੜੀ ਹੈਗੀ ਆ ਪੂਰੀ ਜਾਣਕਾਰੀ ਉਹ ਦਿੰਦੇ ਰਹਾਂਗੇ। ਫਿਲਹਾਲ ਮੈਨੂੰ ਵੀ ਦਿਓ ਇਜਾਜ਼ਤ ਅਤੇ ਤੁਸੀਂ ਦੇਖਦੇ ਰਹੋ ਚੈਨਲ ਵਾਈਜ਼। ਧੰਨਵਾਦ। A South Asian Canadian channel.